ਇੰਫਾਲ ਦੇ ਹਵਾਈ ਅੱਡੇ ਦੇ ਉੱਤੇ ਯੂ ਐਫ ਓ ਦੇਖਿਆ ਗਿਆ ਜੀ ਹਾਂ ਜਿਸ ਨੂੰ ਅਸੀਂ ਏਲੀਅਨ ਦਾ ਜਹਾਜ਼ ਕਹਿ ਦਨੇ ਆ ਜਾਂ ਫਿਰ ਉਡਣ ਤਸ਼ਰੀ ਕਹਿ ਦਨੇ ਆ ਸੋ ਇੰਫਾਲ ਦੇ 에য়ারਪੋਰਟ ਦੇ ਉੱਤੇ ਜਿਵੇਂ ਹੀ ਇਹ ਉਡਣ ਤਸ਼ਰੀ ਨਜ਼ਰ ਆਉਂਦੀ ਹੈ ਇਹ ਯੂ ਐਫ ਓ ਨਜ਼ਰ ਆਉਂਦਾ ਤਾਂ ਉਸ ਤੋਂ ਬਾਅਦ ਹੜਕੰਪ ਮੱਝ ਜਾਂਦਾ ਵੱਡੇ ਜੋ ਪੱਧਰ ਦੇ ਉੱਤੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਇਸ ਯੂ ਐਫ ਓ ਨੂੰ ਦੇਖਣ ਲੱਗ ਜਾਂਦੇ ਨੇ ਹਾਲਾਂਕਿ ਇਹ ਵਾਕਈ ਯੂ ਐਫ ਓ ਹੈ ਜਾਂ ਫਿਰ ਕੁਝ ਹੋਰ ਹੈ ਇਸ ਨੂੰ ਲੈ ਕੇ ਹਲੇ ਵੀ ਮਤਭੇਦ ਬਣੇ ਹੋਏ ਨੇ ਪਰ ਮੌਕੇ ਦੇ ਉੱਤੇ ਨਾਲ ਦੀ ਨਾਲ ਤੁਹਾਨੂੰ ਸਕਰੀਨ ਦੇ ਵਿੱਚ ਵੀਡੀਓ ਦਿਖਾ ਰਿਹਾ ਹਾਂ ਕਸਰਕੇ ਦੇ ਨਾਲ ਇੱਕ ਵੱਖਰੀ ਜੋ ਨਜ਼ਰ ਆਉਣ ਵਾਲੀ ਚੀਜ਼ ਨਜ਼ਰ ਆਈ ਹੈ ਪਰ ਦੂਜੇ ਪਾਸੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਕੁਝ ਟੀਮਾਂ ਪੂਰੀ ਖੋਜ ਦੇ ਵਿੱਚ ਤੁਰ ਪਈਆਂ ਨੇ ਕਿ ਆਖਰ ਇਹ ਹੈ ਕੀ ਸੀ ਕੀ ਵਾਕਿਆ ਯੂ ਐਫਓ ਹੈ ਸੋ ਕੁਝ ਲੜਾਕੂ ਜਹਾਜ਼ ਜੋ ਰਵਾਨਾ ਹੋਏ ਨੇ ਭਾਰ ਦੇ ਲਈ ਰਵਾਨਾ ਹੋਏ ਨੇ ਕਿ ਆਖਰ ਇਹ ਉੜਨ ਤਸਰੀ ਆਖਰ ਗਈ ਕਿਥੇ ਆ ਤੁਹਾਨੂੰ ਨਾਲ ਦੀਆਂ ਤਸਵੀਰਾਂ ਦਿਖਾਣਿਆ ਸੋ ਇਫਾਲ ਦੇ ਹਵਾਈ ਅੱਡੇ ਦੀਆਂ ਤਸਵੀਰਾਂ ਨੇ ਜਿੱਥੇ ਨਜ਼ਦੀਕੀ ਯੂ ਐਫ ਓ ਨਜ਼ਰ ਆਉਣ ਦੇ ਨਾਲ ਹੜਕੰਪ ਮਚਿਆ ਹਵੇ ਦੇ ਵਿੱਚ ਕਿਸੇ ਅਣਪਛਾਤੀ ਵਸਤੂ ਦੇ ਉੱਡਦੇ ਨਜ਼ਰ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਬਾਅਦ ਭਾਰਤੀ ਹਵਾਈ ਸੈਨਾ ਨੇ ਉਹਨਾਂ ਦੀ ਪਾਲ ਦੇ ਲਈ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬਿੱਤੇ ਦਿਨ ਦੀ ਹੈ ਦੁਪਹਿਰ 2:30 ਵਜੇ ਦੀ ਇਹ ਘਟਨਾ ਹੈ ਇਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਹਫੜਾ ਦਫੜੀ ਮੱਚ ਜਾਂਦੀ ਹੈ ਕੁਝ ਵਪਾਰਕ ਉਡਾਣਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਕਰੀਬ 3 ਘੰਟੇ ਦੇ ਲਈ ਰੋਕ ਦਿੱਤਾ ਗਿਆ ਤਾਂ ਕਿ ਪੂਰੇ ਮਾਮਲੇ ਦੀ ਜਾਂਚ ਹੋ ਸਕੇ ਸੁਰੱਖਿਆ ਸੂਤਰਾਂ ਨੇ ਨਿੱਜੀ ਏਜੰਸੀਆਂ ਨੂੰ ਦੱਸਿਆ ਹੈ ਕਿ ਇਮਫਾਲ ਹਵਾਈ ਅੱਡੇ ਨੇੜੇ ਯੂ ਐਫ ਓ ਦੇਖਣ ਦੀ ਸੂਚਨਾ ਮਿਲੀ ਸੀ ਇਸ ਤੋਂ ਤੁਰੰਤ ਬਾਅਦ ਰਫੇਲ ਲੜਾਕੂ ਜਹਾਜ਼ ਯੂ ਐਫ ਓ ਦੀ ਖੋਜ ਦੇ ਲਈ ਨੇੜਲੇ 에ਅਰ ਬੇਸ ਤੇ ਭੇਜ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਹਾਈ ਟੈਕ ਸੈਲਰਾਂ ਦੇ ਨਾਲ ਲੈਸ ਜਹਾਜ਼ ਯੂ ਐਫ ਓ ਦੀ ਖੋਜ ਦੇ ਲਈ ਸ਼ੱਕੀ ਖੇਤਰਾਂ ਦੇ ਵਿੱਚ ਉਡਾਣ ਭਰੀ ਹੈ ਹਲਕੀ ਉਹਨਾਂ ਨੂੰ ਉੱਥੇ ਕੁਝ ਨਹੀਂ ਮਿਲਿਆ ਉਹਨਾਂ ਕਹਿੰਿਆ ਕਿ ਪਹਿਲੇ ਜਹਾਜ਼ ਦੀ ਵਾਪਸੀ ਤੋਂ ਬਾਅਦ ਇੱਕ ਹੋਰ ਰਾਫੇ ਲੜਾਕੂ ਜਹਾਜ਼ ਭੇਜਿਆ ਗਿਆ ਸੀ ਬਹੁਤ ਖੋਜ ਕੀਤੀ ਗਈ ਸੀ ਪਰ ਖੇਤਰ ਦੇ ਆਲੇ ਦੁਆਲੇ ਯੂ ਐਫ ਓ ਦੇ ਨਾਲ ਸੰਬੰਧਿਤ ਕੁਝ ਵੀ ਨਹੀਂ ਦੇਖਿਆ ਗਿਆ ਸੀ ਪਰ ਹਾਲੀ ਦੇ ਵਿੱਚ ਜੋ ਵਸਤੂ ਦੇਖੀ ਗਈ ਆ ਉਸ ਨੂੰ ਲੈ ਕੇ ਅਜੇ ਹਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਕੁਝ ਹੋਰ ਨਹੀਂ ਉਡਣ ਤਸ਼ਤਰੀ ਸੀ ਯਾਨੀ ਕਿ ਯੂ ਐਫ ਓ ਸੀ ਸੋ ਜਾਣਕਾਰੀ ਕੀ ਹੈ ਇਹ ਵੀ ਤੁਹਾਨੂੰ ਦੱਸ ਦਿਆਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਬੰਧਿਤ ਏਜੰਸੀਆਂ ਯੂਐਫਓ ਦੀ ਜਾਣਕਾਰੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿਉਂਕਿ ਇਫਾਲ ਹਵਾਈ ਅੱਡੇ ਉੱਤੇ ਯੂਐਫਓ ਦੇ ਵੀਡੀਓ ਸਾਹਮਣੇ ਆਏ ਨੇ ਹਵਾ ਦੇ ਵਿੱਚ ਕੋਈ ਅਣਪਛਾਤੀ ਵਸਤੂ ਦੇਖ ਕੇ ਉਹਨਾਂ ਦੀ ਪਾਲ ਵੀ ਕਿਤੇ ਜਾ ਰਹੀ ਹੈ ਪਰ ਹਾਲੇ ਤੱਕ ਕੁਝ ਨਹੀਂ ਮਿਲਿਆ ਸੋ ਇਸਟਰਨ 에ਅਰ ਕਮਾਂਡ ਨੇ ਐਕਸ ਤੇ ਇੱਕ ਵਿਸਾਰਜ ਕੀਤੀ ਹੈ ਤੇ ਕਿਹਾ ਹੈ ਕਿ ਫਾਲ ਹਵਾਈ ਅੱਡੇ ਤੇ ਕੁਝ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਈਏਐਫ ਨੇ ਹਵਾ ਦੇ ਵਿੱਚ ਕਦਮ ਰੱਖਿਆ ਹਾਲਾਂਕਿ ਤਲਾਸ਼ੀ ਦੌਰਾਨ ਕੋਈ ਵਸਤੂ ਨਹੀਂ ਨਜ਼ਰ ਆਈ ਹੈ ਫਿਲਹਾਲ ਲੋਕ ਇਕੱਠੇ ਹੋਏ ਨਹੀਂ ਕਿਉਂਕਿ ਜਿਵੇਂ ਇਹ ਵਸਤੂ ਨਜ਼ਰ ਆਉਂਦੀ ਹੈ ਤਾਂ ਇਹ ਹੂਬੂ ਉਡਣ ਤਸ਼ਤਰੀ ਦੀ ਤਰ੍ਹਾਂ ਨਜ਼ਰ ਆਉਂਦੀ ਹੈ ਹੂਬੂ ਯੂਐਫਓ ਦੀ ਤਰ੍ਹਾਂ ਨਜ਼ਰ ਆਉਂਦੀ ਹੈ ਇਹ ਯੂਐਫਓ ਸੀ ਜੇਕਰ ਯੂਐਫਓ ਸੀ ਤਾਂ ਇੱਥੇ ਪੂਰੀ ਪੱਕੀ ਮੋਹ ਲੱਗ ਸਕਦੀ ਹੈ ਕਿ ਵਾਕਈ ਐਲੀਅਨ ਹੁੰਦੇ ਨੇ ਪਰ ਕੀ ਵਾਕਈ ਐਲੀਅਨ ਹੁੰਦੇ ਨੇ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਵੱਡੇ ਮਤਭੇਦ ਨੇ ਪਰ ਫਿਲਹਾਲ ਜਿਵੇਂ ਇਹ ਹਵਾ ਦੇ ਵਿੱਚ ਵਸਤੂ ਨਜ਼ਰ ਆਉਂਦੀ ਹੈ ਤਾਂ ਸਵਾਲ ਕਈ ਉੱਠਣੇ ਸ਼ੁਰੂ ਹੋ ਗਏ ਨੇ ਫਿਲਹਾਲ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਦਿਖਾਈਆਂ ਨੇ ਵਿਸ਼ੇ ਲੈ ਕੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਰਹਿ ਜ਼ਰੂਰ ਸਾਂਝਾ ਕਰਨਾ